ਸਿੰਘ ਜੀ ਬਾਦਲ ਸਾਹਿਬ ਬਹੁਤ ਸਤਿਕਾਰਯੋਗ ਸਰਦਾਰ ਰਣਜੀਤ ਸਿੰਘ ਜੀ ਬ੍ਰਹਮਪੁਰਾ ਜੀ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਸੀਨੀਅਰ ਆਗੂ ਇਸ ਹਲਕੇ ਦੇ ਮੈਂਬਰ ਪਾਰਲੀਮੈਂਟ ਸਤਿਕਾਰਯੋਗ ਉਹਨਾਂ ਦੇ ਨਾਲ ਵਿਰਾਜਮਾਨ ਬੀਬੀ ਜਗੀਰ ਕੌਰ ਜੀ ਗੁਲਜ਼ਾਰ ਸਿੰਘ ਜੀ ਰਾਣੀਕੇ ਸਾਹਿਬ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਸਤਿਕਾਰਯੋਗ ਲੋਪੋਕੇ ਸਾਹਿਬ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਸਾਹਿਬ ਬਲਟੋਹਾ ਜੀ ਉਹਨਾਂ ਦੇ ਨਾਲ ਵਿਰਾਜਮਾਨ ਸਾਰੀ ਸਾਬਕਾ ਅਤੇ ਮੌਜੂਦਾ MLA ਸਾਹਿਬਾਨ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਯੂਥ ਅਕਾਲੀ ਦਲ ਸ਼੍ਰੋਮਣੀ ਇਸਤਰੀ ਅਕਾਲੀ ਦਲ ਦੇ ਸਾਰੇ ਅਹੁਦੇਦਾਰ ਸਾਹਿਬਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਸਤਿਕਾਰਯੋਗ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾਂ 'ਚ ਆਪ ਦਾ ਸੀਸ ਨਵਾਉਣ ਵਾਸਤੇ ਆਈ ਗੁਰੂ ਪਿਆਰੀ ਗੁਰੂ ਰੂਪੀ ਸਾਧ ਸੰਗਤ ਜੀ ਨਾਲੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਕਰ ਲਓ ਨਾਲੇ ਗੱਜ ਵੱਜ ਕੇ ਉਹਨਾਂ ਦੇ ਚਰਨਾਂ ਦੇ ਧਿਆਨ ਕਰਦੇ ਹੋਏ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਭ ਤੋਂ ਪਹਿਲਾਂ ਜਿੱਥੇ ਮੈਂ ਸਮੂਹ ਸੰਗਤ ਨੂੰ ਇਸ ਬਾਬਾ ਬਕਾਲਾ ਸਾਹਿਬ ਦੀ ਪਵਿੱਤਰ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ ਉੱਤੇ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਲੈਣ ਵਾਸਤੇ ਆਏ ਰੱਖੜ ਪੁੰਨਿਆ ਦੇ ਇਸ ਪਵਿੱਤਰ ਮੇਲੇ ਤੇ ਜਿੱਥੇ ਮੈਂ ਸਮੁੱਚੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਉੱਥੇ ਪਰਮਾਤਮਾ ਦੇ ਚਰਨਾਂ 'ਚ ਇਹ ਅਰਦਾਸ ਇਹ ਬੇਨਤੀ ਇਹ ਅਰਜੋਈ ਕਰਦਾ ਕਿ ਸੱਚੇ ਪਾਤਸ਼ਾਹ ਕਿਰਪਾ ਕਰਨ ਬਖਸ਼ਿਸ਼ਾਂ ਕਰਨ ਤੁਹਾਡੇ ਪਰਿਵਾਰਾਂ 'ਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਪੰਜਾਬ ਨੂੰ ਤੇ ਤੁਹਾਡੇ ਪਰਿਵਾਰਾਂ 'ਚ ਵੱਡੀ ਖੁਸ਼ਹਾਲੀ ਇਸ ਪੰਜਾਬ ਦੀ ਧਰਤੀ ਨੂੰ ਪਰਮਾਤਮਾ ਬਖਸ਼ਿਸ਼ ਕਰਨ ਤੇ ਭਾਈਚਾਰਕ ਸਾਂਝ ਉਸ ਨੂੰ ਸਦਾ ਹੀ ਇਹਨੂੰ ਵੱਡਦੀ ਰਵੇ ਇਹਦੇ 'ਚ ਇਹ ਪਿਆਰ ਬਣਿਆ ਰਵੇ। ਭਰਾਵੋ ਮੇਰੇ ਤੋਂ ਪਹਿਲਾਂ ਬੋਲਦੇ ਬੁਲਾਰੇ ਸਾਹਿਬਾਨਾਂ ਨੇ ਆਪਦੇ ਵਿਚਾਰ ਬੜੇ ਵੱਡੇ ਤਰੀਕੇ ਨਾਲ ਤੇ ਬੜੀ ਡੂੰਘਾਈ 'ਚ ਰੱਖੇ। ਮੈਂ ਸਮਝਦਾ ਜੋ ਹਾਲਾਤ ਉਦੋਂ ਬਣੇ ਸਨ ਜਿਵੇਂ ਬੀਬੀ ਜਗੀਰ ਕੌਰ ਜੀ ਜਾਂ ਵਲਟੋਹਾ ਸਾਹਿਬ ਜ਼ਿਕਰ ਕਰਕੇ ਗਏ ਹੈ ਉਹ ਜੇ ਹਾਲਾਤ ਅੱਜ ਫੇਰ ਬਣਦੇ ਜਾਂਦੇ ਆ ਉਦੋਂ ਵੀ ਜੇ ਮੱਖਣ ਸ਼ਾਹ ਲਬਾਲਾ ਜੀ ਤੇ ਬਖਸ਼ਿਸ਼ ਨਾ ਹੁੰਦੀ ਜੇ ਉਹ ਬਖਸ਼ਿਸ਼ ਦੇ ਸਦਕੇ ਸੱਚਾ ਗੁਰੂ ਲਾਦੋ ਰੇ ਉਹ ਬਖਸ਼ਿਸ਼ ਨਾ ਹੁੰਦੀ ਤੇ ਸ਼ਾਇਦ ਅੱਜ ਵੀ ਆਪਾਂ ਇਸ ਦਤੀਜੀ 'ਚ ਪਏ ਰਹਿੰਦੇ ਕਿ ਗੁਰੂ ਸਾਹਿਬ ਦੀ ਜੋ ਉਸ ਵੇਲੇ ਪਹਿਚਾਣ ਕਿਵੇਂ ਹੋਈ ਤੇ ਕਿਵੇਂ ਨਹੀਂ ਹੋਈ ਇਸ ਗੱਲ ਦੀ ਚਰਚਾ ਚੱਲਦੀ ਰਹਿਣੀ ਸੀ ਕਿ 22 ਮੰਜੀਆਂ ਲੱਗੀਆਂ ਸਨ ਮਗਰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਮੱਖਣ ਸ਼ਾਹ ਲਬਾਲਾ ਜੀ ਤੇ ਇਹ ਕਿਰਪਾ ਕੀਤੀ ਤੇ ਸਾਰੇ ਖਾਲਸਾ ਪੰਥ ਦੀ ਉਸ ਦਤੀਚੀ ਨੂੰ ਜੂਰ ਕਰਤਾ। ਅੱਜ ਮੇਰੇ ਵੀਰੋ ਪੰਜਾਬ ਤੇ ਸਿੱਖ ਕੌਮ ਤੇ ਪੰਥ ਤੇ ਫੇਰ ਉਹ ਜੇ ਹਾਲਾਤ ਬਣਾਏ ਜਾ ਰਹੇ ਹੈ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ਵਾਲੇ ਸ਼੍ਰੀ ਹਰਿਮੰਦਰ ਸਾਹਿਬ ਤੇ ਅਟੈਕ ਕਰਨ ਵਾਲੇ ਅੱਜ ਮੇਰੇ ਵੀਰੋ ਅੱਜ ਉਸ ਤਰ੍ਹਾਂ ਦੀ ਗੰਦੀ ਰਾਜਨੀਤੀ ਖੇਲਣ ਦੀ ਕੋਸ਼ਿਸ਼ ਕਰ ਰਹੇ ਹੈ ਤੇ ਉਹਨਾਂ ਦਾ ਸਾਥ ਕੋਈ ਹੋਰ ਨਹੀਂ ਦੇ ਰਿਹਾ ਜਿਨ੍ਹਾਂ ਦੇ ਚਿਹਰੇ ਮੂਹਰੇ ਅੱਜ ਪੰਥਕ ਦੱਸਦੇ ਆ ਮਗਰ ਦਿਲ 'ਚ ਤੇ ਜ਼ਬਾਨ 'ਚ ਇੰਦਰਾ ਗਾਂਧੀ ਦਾ ਨਾਂ ਉਹ ਹਮੇਸ਼ਾ ਚੇਤੇ ਰੱਖਦੇ ਆ। ਮੇਰੇ ਵੀਰੋ ਇਹ ਜੇ ਖਤਰਨਾਕ ਪੋਲਸੀਆਂ ਕੋਲੋਂ ਇਹ ਜੇ ਖਤਰਨਾਕ ਸੋਚ ਕੋਲੋਂ ਇਹ ਜੀ ਖਤਰਨਾਕ ਜਿਹੜੀ ਰਾਜਨੀਤੀ ਰਣਨੀਤੀ ਬਣਾਈ ਜਾ ਰਹੀ ਹੈ ਮੈਂ ਸਮਝਦਾ ਉਹਦੇ ਕੋਲੋਂ ਵੀ ਬਚਣਾ ਪੈਣਾ। ਅੱਜ ਮੈਂ ਹੈਰਾਨ ਹੋ ਗਿਆ
ਕਹਿੰਦੇ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮੁੱਦੇ ਤੇ ਜਿਹੜਾ ਕਮਿਸ਼ਨ ਬੈਠਿਆ ਉਹਦੇ ਤੇ ਚਰਚਾ ਹੋਣੀ ਹੈ। ਮੈਨੂੰ ਕੋਈ ਪੱਤਰਕਾਰ ਵੀਰ ਪੁੱਛਦਾ, ਮੈਂ ਕਿਹਾ ਚਰਚਾ ਤਾਂ ਸੜਕ ਤੇ ਭੱਜੀ ਫਿਰਦੀ ਆ ਪਿਛਲੇ 10 ਦਿਨਾਂ ਦੀ। ਮੈਂ ਕਿਹਾ ਰੋਜ਼ ਨਵੇਂ ਤੋਂ ਨਵੇਂ ਖੁਲਾਸੇ ਹੋ ਰਹੇ ਆ, ਰੋਜ਼ ਸੱਚਾਈ ਸਾਹਮਣੇ ਆ ਰਹੀ ਹੈ ਤੇ ਉਸ ਅਕਾਲ ਪੁਰਖ ਦੀ ਬਖਸ਼ਿਸ਼ ਹੋ ਰਹੀ ਹੈ ਕਿ ਜਿਹੜੇ ਲੋਕ ਕਾਂਗਰਸੀ ਜਾਂ ਕਾਂਗਰਸ ਦੇ ਨਾਲ ਜੁੜ ਕੇ ਪੰਥਕ ਗੱਲਾਂ ਕਰਨ ਵਾਲੇ, ਅੱਜ ਉਹਨਾਂ ਦਾ ਚਿਹਰਾ ਬੇਨਕਾਬ ਹੋ ਰਿਹਾ। ਅੱਜ ਮੈਂ ਪੁੱਛ ਰਿਹਾ ਸਾਂ ਰਾਹ 'ਚ ਆਉਂਦੇ ਨੂੰ ਕਿ ਮੈਂ ਕਿਹਾ ਕਾਂਗਰਸ ਨੇ ਵੀ ਪ੍ਰੋਗਰਾਮ ਕੀਤਾ, ਇੱਥੋਂ ਹੀ ਅੰਦਾਜ਼ਾ ਲਾ ਲਓ ਫਰਕ ਕੀ ਹੈ। ਆਪਾਂ ਤਾਂ ਇੱਥੇ ਬੈਠੇ ਹਾਂ, ਸ਼੍ਰੀ ਹਰਿਮੰਦਰ ਸਾਹਿਬ ਦੀਆਂ ਗੱਲਾਂ, ਗੁਰੂ ਤੇਗ ਬਹਾਦਰ ਸਾਹਿਬ ਦੀਆਂ ਖੁਸ਼ੀਆਂ ਬਖਸ਼ਿਸ਼ਾਂ ਲੈ ਰਹੇ ਦੀ ਅਰਦਾਸ ਬੇਨਤੀ ਕਰ ਰਹੇ ਹਾਂ ਤੇ ਉੱਥੇ ਲੋਕਾਂ ਨੂੰ ਇਕੱਠੇ ਕਰਨ ਵਾਸਤੇ ਆਪ ਦੀਆਂ ਕੁਰਸੀਆਂ ਭਰਨ ਵਾਸਤੇ ਉੱਥੇ ਗੀਤ ਲੱਗੇ ਆ ਤੇ ਗੀਤ ਤੇ ਮੈਂ ਇੱਕ ਪੁੱਛ ਰਿਹਾ ਸੀ ਇੱਕ ਆਪਦੇ ਵੀਰ ਨੂੰ, ਮੈਂ ਕਿਹਾ ਗੀਤ ਗਾਉਣ ਵਾਲਾ ਕੌਣ ਹੈ ਤੇ ਕਹਿੰਦੇ ਗੁਰਨਾਮ ਭੁੱਲਰ। ਉਹ ਕਿੱਧਰ ਗਿਆ ਜਿਹੜਾ ਮੈਨੂੰ ਦੱਸਦਾ ਸੀ ਇੱਥੇ ਕਿੱਧਰ ਆ ਮੁੰਡਾ ਆਪਣਾ? ਆ ਗੀਤ ਪਤਾ ਨੀ, ਕਹਿੰਦਾ ਤੇਰੇ ਗੁੱਟ 'ਚ ਪਾ ਦੂੰ ਸੋਨੇ ਦਾ ਕੜਾ, ਪਤਾ ਨੀ ਹੋਰ ਹੀ ਕੁਝ ਦੱਸੀ ਜਾਂਦਾ ਸੀ। ਮੈਂ ਕਿਹਾ ਲੈ ਲਓ ਸਵਾਦ। ਸੱਚਾ ਪਾਤਸ਼ਾਹ ਵੀ ਕਹਿੰਦਾ ਹੋਣਾ ਕਿ ਇਹਨਾਂ ਨੇ ਨਹੀਂ ਕਾਂਗਰਸੀਆਂ ਨੂੰ ਅਕਲ ਆਉਣੀ। ਉੱਥੋਂ ਇੱਕ ਦਿਨ ਮੈਂ ਪਹਿਲਾਂ ਗਿਆ ਸੀ ਸਮਰਾਲੇ, ਇੱਕ ਪ੍ਰੋਗਰਾਮ ਸੀ ਤੇ ਉੱਥੇ ਵੀ ਗੀਤਕਾਰ ਲਾਇਆ ਸੀ। ਕੋਈ ਗੁੱਸਾ ਨਾ ਕਰ ਜਾ, ਮੈਂ ਸੱਚੀ ਗੱਲ ਦੱਸ ਰਿਹਾ, ਹੁਣ ਵੀ ਜਾ ਕੇ ਵੇਖ ਲਿਓ। ਤੇ ਉਦਣ ਵੀ ਉਹ ਬੀਬੀ ਆ ਜਿਹੜਾ ਗੀਤ ਗਾਉਂਦੀ, ਉਹਨੂੰ ਟਿਕਟ ਵੀ ਦਿੱਤੀ ਸੀ ਇਹਨਾਂ ਨੇ ਸਮਰਾਲੇ ਤੋਂ, ਕੀ ਨਾਂ, ਬਿੱਟੀ। ਉਹ ਉੱਥੇ ਨਾਲੇ ਤਾਂ ਧਾਰਮਿਕ ਇਕੱਠ, ਤੇ ਮੈਂ ਕਿਹਾ ਇਹ ਕੋਈ ਧਰਮ ਦੀਆਂ ਵਿਚਾਰਾਂ ਦੱਸਦੇ ਹੋਣੇ। ਅਸੀਂ ਜਦੋਂ ਲੰਘਦੇ ਸਾਂ, ਮੈਂ ਆਪਦੇ ਡਰਾਈਵਰ ਨੂੰ ਕਿਹਾ ਮੈਂ ਸ਼ੀਸ਼ਾ ਮਾੜਾ ਜਿਹਾ ਥੱਲੇ ਕਰੀ, ਤੇ ਉੱਥੇ ਧਾਰਮਿਕ ਵਿਚਾਰ ਤਾਂ ਕੀ ਚੱਲਦੀ ਸੀ। ਕਹਿੰਦੇ ਮਿੱਤਰਾਂ ਦੀ ਛੱਤਰੀ ਤੋਂ ਉੱਡ ਗਿਆ ਕਬੂਤਰ ਚੀਨਾ। ਮੈਂ ਲੈ ਲਓ ਸਵਾਲ, ਆਹ ਹਾਲਾਤ ਬਣੇ ਆ ਤੇ ਹੁਣ ਉਹ ਵਿਚਾਰ ਕਰਨਗੇ ਪੰਥ ਦੀਆਂ ਤੇ ਉਹ ਗੱਲ ਕਰਨਗੇ ਆ ਪੰਥਕ, ਤੇ ਭਰਾਵੋ ਫਿਰ ਇਹ ਜੇ ਲੋਕਾਂ ਕੋਲੋਂ ਬਚਣਾ ਵੀ ਪੈਣਾ, ਸੁਚੇਤ ਵੀ ਹੋਣਾ ਪੈਣਾ ਤੇ ਮੂੰਹ ਤੋੜਵਾ ਜਵਾਬ ਵੀ ਦੇਣਾ ਪੈਣਾ। ਮੇਰੇ ਵੀਰੋ, ਅੱਜ ਮੈਨੂੰ ਹੈਰਾਨਗੀ ਹੁੰਦੀ ਹੈ ਜਿੱਥੇ ਮੈਂ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਵਰਕਰ ਸਾਹਿਬਾਨਾਂ ਨੂੰ, ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਨੂੰ ਅੱਜ ਦੇ ਇਸ ਠਾਠਾ ਮਾਰ ਦੇ ਇਕੱਠ ਦੀ ਵਧਾਈ ਦਿੰਦਾ, ਤੁਹਾਡੇ ਚਰਨਾਂ 'ਚ ਸੀਸ ਨਵਾਉਂਦਾ ਕਿ ਲੱਖ ਔਖੜਾਂ ਬਾਅਦ ਵੀ ਪੁਲਿਸ ਕਿੱਥੇ ਰੋਕਦੀ ਹੈ। ਆ ਮੈਂ ਪੁੱਛ ਰਿਹਾ ਸੀ ਕਿ ਆ ਜਿਹੜਾ ਮਹਿਤੇ ਚੌਂਕ ਤੋਂ ਆਇਆ ਉਹਨੂੰ ਪਾਰਕਿੰਗ ਕਿਹੜੀ ਦਿੱਤੀ? ਬਤਾਲੇ ਵਾਲੇ ਮੋੜ ਦੀ। ਭਰਾਵੋ, ਬਤਾਲਾ ਤੋਂ ਇੱਥੋਂ ਕਿੰਨਾ ਸਫ਼ਰ ਹੈ? 1.25 ਕਿਲੋਮੀਟਰ ਤਾਂ ਹੋਣਾ, 1.5 ਕਿਲੋਮੀਟਰ ਦੂਰ ਸਾਡੀਆਂ ਬੱਸਾਂ ਰੁਕਾ ਦਿਓ। ਮੈਂ ਬ੍ਰਹਮਪੁਰਾ ਸਾਹਿਬ ਨੂੰ ਪੁੱਛ ਰਿਹਾ ਸੀ ਉੱਧਰ, ਕਹਿੰਦੇ ਜੀ ਉੱਧਰ ਵੀ ਇਹੀ ਹਾਲ ਕੀਤਾ, ਜਦੋਂ ਝੰਡੀ ਦੇਸ਼ ਜੇ ਕੇਸਰੇ ਰੰਗ ਦੀ ਤੇ ਫਿਰ ਕਹਿੰਦੇ ਬੱਸ ਇੱਧਰ ਲਾ ਲਾ ਕੇ ਜਾਮ ਲੱਗਿਆ, ਸਾਡੇ ਲਈ ਜਾਮ ਲੱਗ ਜਾਂਦਾ ਤੇ ਜਿਹੜੇ ਉਹ ਕਬੂਤਰ ਚੀਨਿਆਂ ਦੀ ਗੱਲਾਂ ਕਰਦੇ ਆ ਉਹਨਾਂ ਦਾ ਇਕੱਠ ਤਾਂ ਵੀ ਨਹੀਂ ਭਰਦਾ। ਇਹ ਲੋਕਾਂ ਦਾ ਮਨ ਬਣ ਗਿਆ, ਜਿਹੜੇ ਗੁਟਕਾ ਸਾਹਿਬ ਤੇ ਝੂਠੀ ਸੌ ਖਾ ਸਕਦੇ ਆ, ਭਰਾਵੋ ਕਦੇ ਪੰਥ ਦੇ ਹਮਦਰਦੀ ਪੰਥ ਦੇ ਹਤੈਸ਼ੀ ਕਦੇ ਬਣ ਸਕਦੇ ਆ? ਮੈਂ ਇਹ ਦਾਦੂ ਵਾਲ ਵਰਗੇ ਖੋਤੀ ਜਥੇਦਾਰ ਨੂੰ ਪੁੱਛਦਾ ਕਿ ਤੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਨਦਾ ਕਿ ਨਹੀਂ ਮੰਨਦਾ? ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਝੂਠੀ ਸੌ ਖਾਧੀ ਸੀ ਉਹਦੀ ਧਿਆਨ ਸਿੰਘ ਮੰਡ ਤੂੰ ਨਿੰਦਿਆ ਕਰਦਾ ਕਿ ਨਹੀਂ ਕਰਦਾ? ਮਗਰ ਕਰ ਨਹੀਂ ਸਕਦੇ, ਜੇ ਕਰਤਾ ਤੇ ਫਿਰ ਇੰਦਰਾ ਗਾਂਧੀ ਦੇ ਫਲਸਫੇ ਤੇ ਚੱਲਣ ਵਾਲੇ ਇਹ ਲੋਕ ਕਿਵੇਂ ਜਾ ਕੇ ਅਕਾਲ ਤਖ਼ਤ ਸਾਹਿਬ ਤੇ ਆਪਦਾ ਕਬਜ਼ਾ ਕਰ ਸਕਣਗੇ? ਕਿਉਂਕਿ ਇਹਨਾਂ ਦਾ ਮਕਸਦ ਕੋਈ ਨਹੀਂ, ਮਕਸਦ ਸਿਰਫ ਹੈ $4 ਇਕੱਠੇ ਹੋ ਜਾਣ, ਗੱਡੀ ਵਧੀਆ ਜੁੜ ਜੇ ਤੇ ਫਿਰ ਪੰਥਕ ਗੱਲਾਂ ਕਰਕੇ ਦਿਲ 'ਚ ਇੰਦਰਾ ਗਾਂਧੀ ਦੀ ਫੋਟੋ ਰੱਖ ਕੇ ਜਿਹੜਾ ਕੰਮ 84 'ਚ ਇੰਦਰਾ ਗਾਂਧੀ ਤੋਂ ਨਹੀਂ ਹੋਇਆ ਉਹ ਕੰਮ ਹੁਣ ਇੱਥੇ ਕਹਿ ਕੇ ਕਿ ਜਥੇਦਾਰ ਇਹ ਨੇ ਕਰਨ ਦੀ ਕੋਸ਼ਿਸ਼ ਕਰਨਗੇ, ਮਗਰ
ਇਹ ਪੰਜਾਬ ਦੀ ਜਿਹੜੀ ਸੰਗਤ ਹੈ ਨਾ ਜਾਂ ਜਿਹੜਾ ਖਾਲਸਾ ਪੰਥ ਉਹ ਸੱਚੇ ਪਾਤਸ਼ਾਹ ਨੇ ਸਾਧਿਆ, ਇਹ ਥੋੜਾ ਚਿਰ ਤਾਂ ਬਰਦਾਸ਼ਤ ਕਰ ਲੈਂਦੇ ਆ, ਫਿਰ ਸਮਾਂ ਆਉਣ ਤੇ ਇਹ ਸਬਕ ਵੀ ਸਿਖਾਉਂਦੇ ਆ ਤੇ ਇਹ ਜੇ ਲੋਕਾਂ ਨੂੰ ਸਿੱਧੇ ਰਾਹ ਪਾਉਣ ਦਾ ਕੰਮ ਵੀ ਕਰਦੇ ਆ। ਮੇਰੇ ਵੀਰੋ, ਮੈਂ ਅੱਜ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਡੇ ਇਕੱਠ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਬਾਰ ਬਾਰ ਆ ਕੇ ਬਹਿੰਦਾ, ਆ ਤੁਹਾਡੀ ਗਵਾਹੀ ਕਰਾਉਣ ਵਾਸਤੇ ਉਹ ਰਣਜੀਤੇ ਕਮਿਸ਼ਨ ਦੇ ਕੋਲ ਤੁਸੀਂ ਸੁਖਜਿੰਦਰ ਰੰਧਾਵੇ ਦੀਆਂ ਫੋਟੋਆਂ ਵੇਖ ਲਈਆਂ, ਜਿਹੜੀ ਫੋਟੋ ਆਈ ਹੈ ਕਿ ਕਿਵੇਂ ਹਿੰਮਤ ਸਿੰਘ ਨੂੰ ਪਹਿਲਾਂ ਘਰੇ ਬੁਲਾਇਆ, ਫਿਰ ਉਹਨੂੰ ਆਖਿਆ ਕਿ ਗਵਾਹੀ ਦੇ ਦੀ ਤਗੜਾ ਹੋ ਕੇ, ਉਹ ਕਹਿੰਦਾ ਜੀ ਮੈਂ ਤਾਂ ਕੁਛ ਲੈ ਕੇ ਨਹੀਂ ਆਇਆ, ਲਿਖ ਕੇ ਨਹੀਂ ਆਇਆ। ਕਹਿੰਦਾ ਲੋੜ ਨਹੀਂ, ਆ ਮੇਰੀ ਗੱਡੀ ਲੈ ਜੂ, ਮੇਰਾ ਮੁੰਡਾ ਲੈ ਜੂ, ਮੇਰਾ ਪੀਏ ਨਾਲ ਚਲੇ ਜੂ, ਇਹ ਫਾਈਲ ਤੇ ਘੁੱਗੀ ਮਾਰਿਆ। ਉਹ ਜਦ ਗਿਆ ਉਹਨੇ ਬੜੀ ਮਿੰਤ ਤਰਲਾ ਕੀਤਾ ਕਿ ਇਹ ਕੰਮ ਪਾਪ ਹੈ ਨਾ ਕਰਾਇਓ, ਮਗਰ ਮੰਨਦੇ ਨਹੀਂ ਸੀ। ਫਿਰ ਜਾ ਕੇ ਉੱਥੇ ਦਬਾਅ ਨਾਲ ਸਰਕਾਰ ਦੀ ਦਬਾਅ ਨਾਲ ਉਸ ਜੱਜ ਨੇ ਵੀ, ਜੱਜ ਤਾਂ ਕਾਹਦਾ ਰਹਿ ਗਿਆ, ਜੱਜ ਦਾ ਕੰਮ ਹੈ ਇਨਸਾਫ ਦੇਣਾ, ਉਹਨੇ ਵੀ ਜਸਟਿਸ ਦੀ ਜਗ੍ਹਾ ਇਨਜਸਟਿਸ ਧੋਖਾ ਕਰਨਾ ਸ਼ੁਰੂ ਕਰਤਾ ਕਿ ਅੰਗਰੇਜ਼ੀ ਦੇ ਕਾਗਜ਼ਾਂ 'ਚ ਉਹਦੀ ਘੁੱਗੀ ਮਰਵਾ ਲਈ। ਚਲੋ ਗੱਲ ਗਈ, ਸਾਨੂੰ ਤਾਂ ਪਤਾ ਨਹੀਂ ਲੱਗਣਾ ਸੀ, ਗਵਾਹ ਇਹਨਾਂ ਨੇ ਖੜਾ ਕੀਤਾ ਕਾਂਗਰਸੀਆਂ ਨੇ, ਮਗਰ ਜਦੋਂ ਰੱਬ ਨਾ ਚਾਹੇ, ਜਦੋਂ ਰੱਬ ਨੇ ਮਿਹਰ ਕਰਨੀ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਕਾਂਗਰਸ ਦੀਆਂ ਕੋਜੀਆਂ ਚਾਲਾਂ ਤੇ ਸਿਆਸਤ ਕਦੇ ਕਾਮਯਾਬ ਨਹੀਂ ਹੋਣੀ ਸੀ। ਉਹ ਗੁਰੂ ਨੇ ਬਖਸ਼ਿਸ਼ ਕੀਤੀ ਕਿ ਜਿਸ ਦਿਨ ਹਿੰਮਤ ਸਿੰਘ ਨੂੰ ਐਂ ਹੋ ਗਿਆ ਕਿ ਚਲੋ ਮੈਂ ਗਲਤੀ ਤਾਂ ਕਰਤੀ, ਮਗਰ ਗੱਲ ਢਕੀ ਦੀ ਢਕੀ ਰਹਿ ਜੂ, ਕਿਹੜਾ ਪਤਾ ਲੱਗਣਾ ਇੱਥੇ ਕੀ ਹੋਇਆ। ਮਗਰ ਜਿਸ ਦਿਨ ਉਹਦਾ ਖਬਰਾਂ 'ਚ ਆਇਆ ਨਾ ਕਿ ਆ ਕੁਛ ਮੇਰੇ ਨਾਂ ਤੇ ਪਾਤਾ, ਝੂਠੇ ਬਿਆਨ ਝੂਠੀਆਂ ਗੱਲਾਂ ਸਾਹਮਣੇ ਲੈ ਆਏ ਆ, ਤੇ ਮੇਰੇ ਵੀਰੋ ਉਹ ਆਪ ਗੁਰੂ ਦੀ ਬਖਸ਼ਿਸ਼ ਨਾਲ ਚੱਲ ਕੇ ਆਇਆ ਚੰਡੀਗੜ੍ਹ, ਤੇ ਚੰਡੀਗੜ੍ਹ ਉਹਨੇ ਪ੍ਰੈਸ ਕਾਨਫਰੰਸ ਕੀਤੀ ਤੇ ਜੱਜ ਦਾ ਤੇ ਉਹ ਸੁੱਖੀ ਰੰਧਾਵੇ ਦਾ ਪਰਦਾ ਫਾਸ਼ ਕਰਤਾ। ਤੇ ਮੇਰੇ ਵੀਰੋ ਇਹ ਸੁੱਖੀ ਰੰਧਾਵੇ ਦੇ ਪਿਓ ਬਾਰੇ ਵੀ ਜ਼ਿਕਰ ਹੋ ਗਿਆ, ਤੁਸੀਂ ਮੈਨੂੰ ਇੱਕ ਗੱਲ ਦੱਸ ਦਿਓ, ਜਿਹੜੀ ਪਾਰਟੀ ਨਾਲ ਇਹ ਸੰਬੰਧਿਤ ਹੈ, ਰਾਹੁਲ ਗਾਂਧੀ, ਇੰਦਰਾ ਗਾਂਧੀ, ਰਾਜੀਵ ਗਾਂਧੀ, ਕੀ ਇਹਨਾਂ ਦੀ ਪੰਜਾਬ ਪ੍ਰਤੀ ਜਾਂ ਸਿੱਖਾਂ ਪ੍ਰਤੀ ਜਾਂ ਜਿੱਥੇ ਸ੍ਰੀ ਹਰਿਮੰਦਰ ਸਾਹਿਬ ਦੇ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ, ਕਿ ਉਹਦੇ ਪ੍ਰਤੀ ਕਦੇ ਸੋਚ ਬਦਲ ਸਕਦੀ ਹੈ? ਮੇਰੇ ਵੀਰੋ ਰਾਹੁਲ ਗਾਂਧੀ ਨੇ ਇੰਗਲੈਂਡ ਦੀ ਧਰਤੀ ਤੇ ਕੀ ਕਹਿਤਾ ਕਿ ਜਿਹੜਾ 84 ਦੇ ਦੰਗੇ ਹੋਏ ਆ ਉਹਦੇ ਲਈ ਕਾਂਗਰਸ ਪਾਰਟੀ ਨਹੀਂ ਜ਼ਿੰਮੇਵਾਰ। ਮੈਨੂੰ ਇੱਕ ਗੱਲ ਭਰੀ ਸੰਗਤ, ਕਿਉਂਕਿ ਸੰਗਤ ਗੁਰੂ ਦਾ ਰੂਪ ਹੁੰਦੀ ਹੈ, ਤੁਸੀਂ ਮੈਨੂੰ ਇੱਕ ਗੱਲ ਦੱਸ ਦਿਓ ਕਿ ਕਾਂਗਰਸ ਪਾਰਟੀ 84 ਲਈ, ਸ੍ਰੀ ਹਰਿਮੰਦਰ ਸਾਹਿਬ ਦੇ ਅਟੈਕ ਲਈ, ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਹਜ਼ਾਰਾਂ ਵੱਡੀ ਗਿਣਤੀ 'ਚ ਬੇਅਦਬੀ ਕਰਨ ਲਈ ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਐਚ ਕੇ ਐਲ ਭਗਤ, ਕਮਲ ਨਾਥ, ਦੇਵਦਾਸ ਸ਼ਾਸਤਰੀ, ਲਲਿਤ ਮਾਕਨ, ਜੇ ਮੈਂ ਨਾਂ ਲੈਣ ਲੱਗਾ ਇਹ ਨਾਂ ਫਿਰ ਸਿੱਧੇ ਇੰਦਰਾ ਗਾਂਧੀ, ਸੋਨੀਆ ਗਾਂਧੀ ਦੇ 10 ਜਨਪਦ ਤੱਕ ਜਾਊਗਾ, ਉਹਦੇ ਘਰ ਤੱਕ ਜਾਊਗਾ। ਰਾਜੀਵ ਗਾਂਧੀ, ਇਹ ਸਾਰੇ ਜ਼ਿੰਮੇਵਾਰ ਸੀ ਕਿ ਨਹੀਂ ਸੀ? ਜੇ ਸੀਗੇ ਤੇ ਜੇ ਤੁਸੀਂ ਚਾਹੁੰਦੇ ਹੋ ਇਹਨਾਂ ਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ, ਫਿਰ ਮੇਰੇ ਵੀਰੋ ਮੈਂ ਗੱਜ ਵੱਜ ਕੇ ਜਕਾਰਾ ਛੱਡਣ ਲੱਗਿਆ। ਅੱਜ ਪਤਾ ਲੱਗ ਜਾਏ ਕਿ ਭਾਵੇਂ 33 ਸਾਲ ਹੋ ਗਏ ਆ 84 ਦੇ ਦੰਗਿਆਂ ਨੂੰ, ਰਾਹੁਲ ਗਾਂਧੀ ਵਾਲੇ ਕਹਿੰਦੇ ਇੰਗਲੈਂਡ ਜਹਾਜ਼ ਤੇ ਚੜਿਆ ਨਹੀਂ ਹੈ, ਉਹ ਜਹਾਜ਼ ਪਹਿਲਾਂ ਹੀ ਬੁੜਕਣ ਲੱਗ ਜਾ ਕਿ ਬਾਮਾ ਕਿੱਧਰ ਲੈ ਚੱਲਿਆ ਮੈਨੂੰ। ਖਾਲਸਾ ਪੰਥ ਦੀ ਆਵਾਜ਼ ਇੱਥੋਂ ਜਾਵੇ ਕਿ ਹਰਿਮੰਦਰ ਸਾਹਿਬ ਨੂੰ ਢਹਿ ਢੇਰੀ ਕਰਨ ਵਾਲੇ 84 ਦੇ ਕਤਲੇਆਮ ਵਾਸਤੇ ਕੋਈ ਹੋਰ ਜ਼ਿੰਮੇਵਾਰ ਨਹੀਂ, ਕਾਂਗਰਸ ਪਾਰਟੀ, ਰਾਜੀਵ ਗਾਂਧੀ, ਇੰਦਰਾ ਗਾਂਧੀ ਤੇ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਸਨ। ਬੋਲੇ ਸੋਨੇ ਹੋ।
ਰਾਹੁਲ ਗਾਂਧੀ ਆ ਜਿਹੜਾ ਪੰਥ ਦਾ ਜਕਾਰਾ ਹੈ ਨਾ, ਇਹ ਤੈਨੂੰ ਭੀੜ ਵੀ ਤਦੇ ਪੈਂਦੀ ਹੈ, ਤੈਨੂੰ ਫਿਕਰ ਵੀ ਤਦੇ ਹੁੰਦਾ। ਇਹ ਤੇਰਾ ਪਿਓ ਕਹਿੰਦਾ ਹੁੰਦਾ ਸੀ ਜਦੋਂ ਕਿਸੇ ਨੇ ਪੁੱਛਿਆ ਕਿ 4 ਦਿਨ ਹੋ ਗਏ ਕਤਲੇਆਮ ਹੁੰਦੇ ਨੂੰ, ਕਰਦੇ ਕਿਉਂ ਨਹੀਂ? ਫੌਜੀਆਂ ਨੂੰ ਰੋਕਤਾ ਗਿਆ, ਪੁਲਿਸ ਨੂੰ ਰੋਕਤਾ ਗਿਆ, ਤੇ ਕਹਿੰਦਾ ਖੂਨ ਦਾ ਬਦਲਾ ਖੂਨ ਨਾਲ, ਮਾਂ ਦਾ ਬਦਲਾ ਮਾਂ ਨਾਲ, ਤੇ ਕਹਿੰਦਾ ਵੱਡਾ ਦਰਖਤ ਜਾਂ ਡਿੱਗਦਾ ਧਰਤੀ ਹਿੱਲਦੀ ਹੈ। ਭਰਾਵੋ, ਇਹ ਜੇ ਬਿਆਨ ਦੇਣ ਵਾਲਾ ਪ੍ਰਧਾਨ ਮੰਤਰੀ ਕਾਂਗਰਸ ਦਾ, ਇੰਦਰਾ ਗਾਂਧੀ ਦਾ ਮੁੰਡਾ, ਤੁਸੀਂ ਕੀ ਸਮਝਦੇ ਹੋ? ਜਦ ਜਾ ਕੇ ਇਹ ਬਰਗਾੜੀ ਬਹਿੰਦੇ ਹੈ ਸੁੱਖੀ ਰੰਧਾਵਾ ਤੇ ਤ੍ਰਿਪਤ ਬਾਜਵਾ, ਜਾ ਕੇ ਉੱਥੇ ਸਰਨਾ ਬਹਿੰਦਾ, ਜਿਹੜੀ ਰੋਟੀ ਦੀ ਸਾਂਝ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਨਾਲ ਰੱਖਦਾ, ਉਹਨੇ ਪੰਥ ਦੇ ਕਿਹੜੇ ਭਲੇ ਦੀ ਗੱਲ ਕਰਨੀ ਹੈ? ਮਗਰ ਜਿਹੜੇ ਉੱਥੇ ਪੰਥਕ ਬੈਠੇ ਆ, ਲੀਡਰ ਆਪਦੇ ਆਪ ਨੂੰ ਕਹਾਉਂਦੇ ਆ, ਉਹ ਕਦੇ ਉਹਨਾਂ ਨੂੰ ਸਵਾਲ ਨਹੀਂ ਕਰਦੇ। ਉਹਨਾਂ ਨੂੰ ਤਾਂ ਇੰਦਰਾ ਗਾਂਧੀ ਦੀ ਜਦ ਫੋਟੋ ਦਿਸ ਜਾਂਦੀ ਆ ਤੇ ਸਲਾਮ ਮਾਰਦੇ ਆ ਕਿ ਇਹਨਾਂ ਨੇ ਤਾਂ ਸਾਡਾ ਰਸਤਾ ਸੌਖਾ ਕਰਨਾ ਸ਼੍ਰੋਮਣੀ ਕਮੇਟੀ ਦਾ। ਮਗਰ ਮੇਰੇ ਵੀਰੋ, ਇਹ ਪੰਥਕ ਲੋਕ ਸਬਕ ਸਿਖਾਉਣ ਦਾ ਕੰਮ ਕਰਨਗੇ। ਅੱਜ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ, ਇਹ ਖਾਲਸਾ ਪੰਥ ਦੀ ਕਿਹਨੇ ਸਾਜਨਾ ਕੀਤੀ? ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਕੀ ਆਖਿਆ ਸੀ? ਖਾਲਸਾ ਮੇਰੋ ਰੂਪ ਹੈ ਖਾਸ। ਤੇ ਅੱਜ ਮਨਜੀਤ ਸਿੰਘ ਜੀ ਕੇ ਨੂੰ ਜਦ ਹਮਲਾ ਕਰਦੇ ਹੋ, ਚਾੜ ISI ਦੇ ਇਸ਼ਾਰੇ ਤੇ ਗੁਰਪਤਵੰਤ ਪੰਨੂ, ਉਹ ਬੋਧੀ ਵਾਲਾ ਕਲੀਨ ਸ਼ੇਵਨ ਬੰਦਾ, ਉੱਥੇ ਪੱਗ ਤੇ ਜਿਹੜਾ ਹਮਲਾ ਹੋਇਆ GK ਤੇ, ਉਹ GK ਤੇ ਨਹੀਂ, ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੋ ਦਸਤਾਰ ਆਪਾਂ ਪਾਉਂਦੇ ਹਾਂ ਉਹਦੇ ਤੇ ਕੀਤਾ। ਤੇ ਤੁਸੀਂ ਕਿੱਥੇ ਸਮਝ ਲਓ ਉਹਨੂੰ ਨੂੰ ਮਿਲਦਾ ਕੌਣ ਹੈ? ਉਹਨਾਂ ਨਾਲ ਮਿੱਠੀਆ ਕੌਣ ਮਾਰਦਾ? ਉਹ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਿੱਧੂ ਆ ਗਿਆ ਇੱਥੋਂ ਪਾਰ ਬਾਰਡਰ ਤੋਂ, ਜਿਹੜੇ ਜਰਨਲ ਨੂੰ ਜੱਫੀ ਪਾ ਕੇ ਆਇਆ, ਜਿੰਨਾ ਪੰਜਾਬ 'ਚ ਨੁਕਸਾਨ ਹੋ ਰਿਹਾ, ਸਾਡੇ ਸ਼ਹੀਦ ਹੋ ਰਹੇ ਆ ਜਵਾਨ, ਉਹਨਾਂ ਦੀ ਮੌਤ ਲਈ ਕੋਈ ਹੋਰ ਜ਼ਿੰਮੇਵਾਰ ਨਹੀਂ, ਉਹ ਫੌਜੀ ਜਰਨੈਲ ਹੈ ਜਿਹਨੂੰ ਤੂੰ ਜੱਫੀ ਪਾਈ ਤੇ ਕਦੇ ਉਹ ਵਹੀ ਪੂਈ ਵਾਲੇ ਉਸ ਦਾ ਧਿਆਨ ਕਰ ਲੈਂਦਾ ਜਿਹਦੇ ਨਾਲ ਇਹ ਧੱਕਾ ਹੋਇਆ। ਜੇ ਉਸ ਫੌਜੀ ਦੇ ਭੈਣ ਬਾਰੇ ਸੋਚ ਲੈਂਦਾ, ਉਸ ਫੌਜੀ ਦੀ ਮਾਂ ਬਾਰੇ ਸੋਚ ਲੈਂਦਾ, ਉਸ ਅਨੇਕਾਂ ਫੌਜੀ ਜਰਨੈਲਾਂ ਦੇ ਬਾਰੇ ਸੋਚ ਲੈਂਦਾ ਜਿਸ ਜਰਨੈਲ ਦੇ ਤੂੰ ਜੱਫੀ ਪੈ ਰਿਹਾ ਸੀ, ਉਸ ਜਰਨੈਲ ਦੇ ਇਸ਼ਾਰੇ ਤੇ ਇਹ ਫੌਜੀ ਵੀਰ ਸਾਡੇ ਸ਼ਹੀਦ ਕੀਤੇ ਸੀ। ਮਗਰ ਨਹੀਂ, ਉਦੋਂ ਤਾਂ ਕਹਿੰਦਾ ਜਿੰਨਾ ਪਿਆਰ ਪਾਕਿਸਤਾਨ ਤੋਂ ਮਿਲਿਆ ਉਹਨਾਂ ਪਿਆਰ ਤਾਂ ਹਿੰਦੁਸਤਾਨ 'ਚ ਨਹੀਂ ਮਿਲਿਆ। ਮੈਂ ਹੈਰਾਨ ਹੋ ਜਾਂਦਾ ਕਿ ਇੱਕ ਪਾਸੇ ਇਹ, ਦੂਜੇ ਪਾਸੇ ਉਹ, ਅੱਜ ਕੱਲ੍ਹ ਤਾਂ ਸੁੱਖੀ ਨਹੀਂ, ਅੱਜ ਕੱਲ੍ਹ ਤਾਂ ਦੁੱਖੀ ਰੰਧਾਵਾ ਹੋਇਆ ਫਿਰਦਾ, ਹੋਊਗਾ ਹੋਰ ਦੁੱਖੀ ਵਾਲੇ ਤੋਂ। ਜਿਹੜਾ ਔਰੰਗਜ਼ੇਬ ਨੂੰ ਕੀ ਕਹਿੰਦਾ ਸੀ? ਔਰੰਗਜ਼ੇਬ ਉਹ ਬੰਦਾ ਜਿਹਨੂੰ ਸਾਰਾ ਹੀ ਸੰਸਾਰ ਉਹਦੇ ਖਿਲਾਫਤ ਕਰਦਾ, ਉਹਨੂੰ ਮਾੜੇ ਅੱਖਰਾਂ 'ਚ ਉਹਦਾ ਨਾਂ ਲਿਆ ਜਾਂਦਾ, ਤੇ ਕਾਂਗਰਸ ਦਾ ਵਜ਼ੀਰ ਉਹਨੂੰ ਕੀ ਕਹਿੰਦਾ? ਔਰੰਗਜ਼ੇਬ ਸਾਹਿਬ, ਬੱਲੇ ਹੋ ਤੇਰੇ, ਉਹ ਹੋ ਗਿਆ ਸਾਹਿਬ। ਤੇ ਉਹਨੇ ਫਿਰ ਕੀ ਕਹਿੰਦਾ ਅੱਗੇ? ਕਹਿੰਦਾ ਜ਼ਫਰਨਾਮਾ ਲਿਖਿਆ ਸੀ। ਜ਼ਫਰਨਾਮਾ ਕਿਹਨੇ ਲਿਖਿਆ ਸੀ ਜੀ? ਮੈਨੂੰ ਲੱਗਦਾ ਹੈ, ਮੈਨੂੰ ਕੋਈ ਸਕੂਲ ਵੀ ਨਹੀਂ ਗਿਆ ਨਾ, ਉਹਨੂੰ ਵੀ ਪਤਾ ਕਿ ਸਾਡੇ ਦਸ਼ਮੇਸ਼ ਪਿਤਾ ਸਰਬੰਸਦਾਨੀ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਜ਼ਫਰਨਾਮਾ ਲਿਖਿਆ ਸੀ, ਇਹ ਜੇ ਲੋਕ ਹੁਣ ਪੰਥ ਦੀਆਂ ਗੱਲਾਂ ਕਰਨਗੇ। ਵਾਹਿਦਲਸਾਲ ਸਾਰੇ ਪੰਜਾਬ 'ਚ ਜਿਹਨੇ ਸਵਾਗਤ ਕੀਤਾ ਸੀ ਜਦੋਂ ਇੰਦਰਾ ਗਾਂਧੀ ਨੇ ਅਟੈਕ ਕੀਤਾ ਹਰਿਮੰਦਰ ਸਾਹਿਬ ਤੇ ਉਹ ਸੰਤੋਖ ਸਿੰਘ ਰੰਧਾਵਾ ਸੀ, ਮਗਰ ਇਹ ਲੋਕ ਹੁਣ ਸ਼੍ਰੀ ਹਰਿਮੰਦਰ ਸਾਹਿਬ ਤੇ ਅਟੈਕ ਕਰਨ ਵਾਲੇ ਲੋਕ, ਉਹਦਾ ਸਵਾਗਤ ਕਰਨ ਵਾਲੇ ਲੋਕ ਹੁਣ ਤੁਹਾਨੂੰ ਪੰਥਕ ਵਿਚਾਰਾ ਕਰਨਗੇ। ਤੇ ਭਰਾਵੋ, ਇਹ ਕਲਯੁੱਗ ਨਹੀਂ ਤਾਂ ਫਿਰ ਕਿਹੜਾ ਯੁੱਗ ਹੈ? ਇਸ ਲਈ ਮੇਰੇ ਵੀਰੋ, ਬਚ ਜਾਓ, ਸੁਚੇਤ ਹੋ ਜਾਓ। ਅੱਜ ਇੱਥੇ ਆਉਣ ਲਈ ਵੀ ਤੁਹਾਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਮਗਰ ਤੁਸੀਂ ਤਗੜੇ ਹੋ ਕੇ ਇੱਥੇ ਪਹੁੰਚੇ ਹੋ। ਅੱਜ ਜਿਹੜਾ ਰਾਹੁਲ ਗਾਂਧੀ ਕਹਿੰਦਾ ਕਿ 84 ਲਈ
ਕਾਂਗਰਸ ਪਾਰਟੀ ਨਹੀਂ ਜ਼ਿੰਮੇਵਾਰ ਤੇ ਫਿਰ ਮੇਰੇ ਵੀਰੋ ਡਾਕਟਰ ਮਨਮੋਹਨ ਸਿੰਘ ਨੂੰ ਜਲੀਲ ਕਿਉਂ ਕਰਾਇਆ ਸੀ, ਮਾਫੀ ਕਾਹਦੇ ਲਈ ਮੰਗਾਈ ਸੀ? ਇਹ ਜੀ ਮਾਨਸਿਕਤਾ ਵਾਲੇ ਲੋਕਾਂ ਨਾਲ ਅੱਜ ਮੈਂ ਵੇਖਣਾ ਚਾਹੁੰਦਾ, ਖੋਤੀ ਜਥੇਦਾਰ ਜਿਹੜੇ ਬੈਠੇ ਆ ਦਾਦੂ ਵਾਲ ਤੇ ਮਨ ਡਰ ਗਏ, ਜਿਨ੍ਹਾਂ ਬਾਰੇ ਸਿਮਰਨਜੀਤ ਸਿੰਘ ਮਾਨ ਨੇ ਵੀ ਇਹ ਗੱਲ ਆਖੀ ਸੀ ਕਿ ਦਾਦੂ ਵਾਲ ਤਾਂ ਕਾਂਗਰਸੀ ਆ, ਕਿਸੇ ਸਿੱਖ ਦੀ ਪੱਗ ਤੇ ਹਮਲਾ ਹੋਇਆ, ਉਸ ਦਸਤਾਰ ਤੇ ਹਮਲਾ ਹੋਇਆ, ਤੇ ਮੈਂ ਵੇਖਣਾ ਚਾਹੂੰਗਾ ਕਿ ਇਹ ਬੋਲਦੇ ਕੀ ਆ, ਕਿ ਇਹਨਾਂ ਦੇ ਮੂੰਹ ਚ ਕੋਈ ਬੋਲ ਉਹਦੀ ਨਿੰਦਿਆ ਦੇ ਨਿਕਲਣਗੇ, ਕਿ ਹਲੇ ਵੀ ਆਪਦੇ ਏਜੰਡੇ ਤਹਿਤ ਇਹਦੀ ਕਿਸੇ ਨਾ ਕਿਸੇ ਬਹਾਨੇ ਨਾਲ ਇਹ ਤਰੀਕੇ ਨਾਲ ਹੋਰ ਗੱਲ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਲਈ ਮੈਂ ਜ਼ਿਆਦਾ ਤਾਂ ਨਹੀਂ, ਸਮਾਂ ਇਜਾਜ਼ਤ ਨਹੀਂ ਦਿੰਦਾ, ਮਗਰ ਮੈਂ ਆਪਦੀ ਇੱਕ ਬੇਨਤੀ ਕਰਕੇ ਹੁਣ ਬਹਿ ਜਾਣਾ। ਅੱਜ ਜਿਹੜਾ ਰਣਜੀਤ ਕਮਿਸ਼ਨ ਬਣਿਆ, ਤੁਸੀਂ ਕਦੇ ਵੇਖਿਆ ਨਾ ਪੇਪਰ ਲੀਕ ਹੋ ਜਾਂਦੇ, ਕਈ ਵਾਰੀ ਆਪਾਂ ਖਬਰ ਪੜ੍ਹਦੇ ਹਾਂ ਕਿ 12ਵੀਂ ਦੇ ਪੇਪਰ ਲੀਕ ਹੋ ਗਏ, ਕਈ ਵਾਰੀ ਪੜ੍ਹਦੇ ਹਾਂ 10ਵੀਂ ਦੇ ਲੀਕ ਹੋ ਗਏ, ਫਿਰ ਹੌਲੀ ਦੇਣੀ ਪੁਲਿਸ 5 ਦਿਨਾਂ ਬਾਅਦ ਇੱਕ ਮਾਸਟਰ ਨੂੰ ਫੜ ਲੈਂਦੀ ਹੈ ਕਿ ਇਹ ਮਾਸਟਰ ਨੇ ਲੀਕ ਕੀਤੇ ਸੀ, ਉਹ ਜਾ ਇਹ ਰਣਜੀਤਾ ਜੀ ਨੇ ਲੀਕ ਕੀਤੇ। ਮੈਨੂੰ ਤਾਂ ਅਫਸੋਸ ਨਾਲ ਕਹਿਣਾ ਪੈਂਦਾ, ਆ ਚੰਨਣਕੇ ਵਾਲਾ ਤਾਂ ਨਹੀਂ ਕੋਈ ਆਇਆ ਇੱਥੇ ਮੇਰਾ ਵੀਰ ਆਇਆ, ਦੁੱਖ ਤੈਨੂੰ ਵੀ ਹੈ ਤੇ ਦੁੱਖ ਮੈਨੂੰ ਵੀ ਹੈ ਕਿ ਰਣਜੀਤ ਸਿੰਘ ਚੰਨਣਕੇ ਦਾ। ਸਾਨੂੰ ਆਸ ਸੀ ਕਿ ਜੱਜ ਤੁਹਾਡੇ ਲੱਗਿਆ, ਤੁਸੀਂ ਇਨਸਾਫ ਕਰੋਗੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿੱਥੇ ਗੱਲ ਆ ਗਈ ਪਾਰਟੀ ਬਾਜ਼ੀਆਂ ਤੋਂ ਉੱਤੇ ਉੱਠ ਕੇ ਸੱਚ ਦੀ ਗੱਲ ਕਰੋਗੇ, ਮਗਰ ਤੁਹਾਡਾ ਅਸਲੀ ਚਿਹਰਾ ਜਿੱਥੇ ਖਟੜਾ ਸਾਹਿਬ ਨੇ ਬੇਨਕਾਬ ਕਰਤਾ ਇਹ ਗੱਲ ਕਹਿ ਕੇ ਕਿ ਮੈਂ SIT ਦਾ ਜੇ ਮੁਖੀ ਬਣਿਆ ਸੀ ਤੇ ਮੈਨੂੰ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਤੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਬਣਾਇਆ ਸੀ, ਤੇ ਇਹ ਗੱਲ ਵੀ ਸਪਸ਼ਟ ਕਰਤੀ ਕਿ ਮੈਨੂੰ ਹਰ ਤਰੀਕੇ ਦੀ ਮਦਦ ਸ਼੍ਰੋਮਣੀ ਅਕਾਲੀ ਦਲ ਦੀ ਉਸ ਵੇਲੇ ਦੀ ਭਾਜਪਾ ਦੇ ਸਰਕਾਰ ਨੇ ਦਿੱਤੀ। ਤੇ ਭਰਾਵੋ ਇਹ ਰਣਜੀਤ ਸਿੰਘ ਕੀ ਕਹਿੰਦਾ, ਪਹਿਲਾਂ ਅਕਸ਼ੇ ਕੁਮਾਰ ਤੇ ਝੂਠਾ ਬਿਆਨ ਉਹਨੇ ਸਪਸ਼ਟ ਕਰਤਾ, ਪੜ੍ਹ ਲਈ ਨਾ ਜੀ ਅਸੀਂ ਅਖਬਾਰਾਂ। ਫਿਰ ਇੱਕ ਦੂਜਾ ਗਵਾਹ ਹਰਬੰਸ ਜਲਾਲ, ਜਿਹੜਾ 4 ਵਾਰੀ ਆਪਦੀ ਕਹਾਣੀ ਬਦਲ ਗਿਆ, ਪੁਰਾਣਾ ਕਾਂਗਰਸੀ ਸਾਡੇ ਉਲਟ ਬਿਆਨ, ਹੁਣ ਕਾਂਗਰਸੀ ਨੇ ਤਾਂ ਸਾਨੂੰ ਕਿਹੜਾ ਸਰਟੀਫਿਕੇਟ ਦੇਣਾ। ਆ ਤੀਜਾ ਬਿਆਨ ਆਪ ਹੀ ਪਵਾਇਆ ਸੀ, ਜਦ ਦਵਾਇਆ ਤਾਂ ਬੰਦਾ ਚੰਗਾ ਸੀ, ਤੇ ਜੇ ਸੱਚ ਦੀ ਗੱਲ ਕਰ ਗਿਆ ਤੇ ਫਿਰ ਉਹ ਹਿੰਮਤ ਸਿਉਂ ਮਾੜਾ ਹੋ ਗਿਆ। ਅਸੀਂ ਤਾਂ ਨਹੀਂ ਆਖਿਆ ਸੀ ਸੁੱਖੀ ਰੰਧਾਵਾ ਇਹਨੂੰ ਲੈ ਕੇ ਜਾ, ਤੂੰ ਆਪ ਲੈ ਕੇ ਗਿਆ ਸੀ, ਤੇ ਜਿਹੜਾ ਪਰਦਾ ਫਾਸ ਕਰਤਾ ਤੇ ਹੁਣ ਚੀਕਾਂ ਨਿਕਲਦੀਆਂ। ਇਸ ਲਈ ਮੇਰੇ ਵੀਰੋ ਇਹ ਪਤਾ ਨਾ ਜੀਜਾ ਜੀ ਕਿਹਦੇ ਲੱਗਦੇ ਆ। ਕੱਲ ਮੈਨੂੰ ਖੁਸ਼ੀ ਹੋਈ ਇੱਕ ਗੱਲ ਦੀ, ਭਰਾਵੋ ਅੱਜ ਜਿਹੜਾ ਤਿਉਹਾਰ ਹੈ ਨਾ ਬੜਾ ਪਵਿੱਤਰ ਤਿਉਹਾਰ, ਇਹ ਭੈਣਾਂ ਇਸ ਗੁੱਟ ਤੇ ਰੱਖੜੀ ਬਣਦੀ ਹੈ, ਤੇ ਅਸੀਂ ਅਰਦਾਸ ਕਰਦੇ ਕਿ ਜਿੱਥੇ ਉਹ ਸਾਡੇ ਲਈ ਅਰਦਾਸ ਕਰਦੀ ਹੈ ਭੈਣ, ਅਸੀਂ ਉਸ ਭੈਣ ਦੀ ਹਿਫਾਜ਼ਤ ਵਾਸਤੇ ਇਹ ਵਚਨ ਲੈਂਦੇ ਹਾਂ ਕਿ ਤੇਰੀ ਭੈਣ ਤੈਨੂੰ ਕੋਈ ਮੁਸ਼ਕਿਲ ਆਊਗੀ ਤੇ ਤੇਰਾ ਵੀਰ ਖਲੋਤਾ ਹੋ। ਔਰ ਜਸਟਿਸ ਰਣਜੀਤ ਸਿੰਘ ਨੂੰ ਤਾਂ ਜੇ ਮੈਂ ਨਾ ਕਰਦਾ ਖਹਿਰਾ ਤਾਂ ਮਗਰ ਹੀ ਨਹੀਂ ਖਲੋਂਦਾ ਸੀ, ਇਹ ਕਹਿੰਦਾ ਸੀ ਮੇਰਾ ਕੀ ਲੈਣਾ ਦੇਣਾ ਹੋਊਗਾ, ਮੇਰਾ ਭਾਈਆ ਮੇਰਾ ਕੀ ਲੈਣਾ ਦੇਣਾ। ਜਦੋਂ ਮੈਂ ਚੈਨਲ ਵਾਲੇ 4 ਮਗਰ ਪਾਏ ਤੇ ਕੱਲ ਮੰਨ ਗਿਆ, ਕਹਿੰਦਾ ਜੇ ਸੁਖਬੀਰ ਪਿੱਛੇ ਮਜੀਠੀਆ ਜਾ ਸਕਦਾ ਤੇ ਜੇ ਰਣਜੀਤੇ ਪਿੱਛੇ ਮੈਂ ਚਲੇ ਜਾਵਾਂ ਤੇ ਮਾੜਾ ਕਰਦਾ। ਖੈਰ ਆ ਤੇਰਾ ਮੇਰਾ ਫਰਕ ਇੰਨਾ ਕਿ ਮੈਂ ਛਾਤੀ ਤਾਨ ਕੇ ਜਾਂਦਾ ਆਪਦੇ ਭਾਈਏ, ਮਗਰ ਤੂੰ ਲੁਕ ਛਿਪ ਕੇ ਜਾਂਦਾ ਸੀ, ਹੁਣ ਜਨਤਕ ਹੋ ਗਿਆ ਤੇ ਹੁਣ ਤੈਨੂੰ ਅਣਚੇਤੇ ਆਉਣ ਲੱਗ ਗਿਆ। ਇਸ ਲਈ ਮੈਨੂੰ ਲੱਗਦਾ ਭੈਣ ਉਹਦੀ ਵੀ ਇਹ ਚਾਚੀ ਸਾਡੀ ਵੀ ਕਿਤੇ ਨਾ ਕਿਤੇ ਮੈਨੂੰ ਦੁਆ ਦਿੰਦੀ ਹੋਊਗੀ ਕਿ ਮਜੀਠੀਏ ਨੇ ਖੈਰੇ ਨੂੰ ਭਰਾ ਹੋਣ ਦਾ ਫਰਜ਼ ਤਾਂ ਚੇਤੇ ਕਰਾਤਾ, ਉਹਨੂੰ ਵਿਚਾਰੇ ਨੂੰ ਭਾਈਏ ਨੂੰ ਮਨ ਮਨ ਦੀਆਂ ਗਾਲਾਂ ਕਢਾਤੀਆਂ ਲੋਕਾਂ ਕੋਲੋਂ, ਝੂਠੇ ਬਿਆਨ ਪੁਆਏ। ਮੇਰੇ ਵੀਰੋ ਪੁਆਏ ਕਾਹਦੇ ਲਈ ਸੀ, ਇਹ ਐਵੇਂ ਨਹੀਂ 8 ਦੇ ਤੇ 12 ਦਾ ਭੋਗ ਪੈ ਗਿਆ, ਝਾੜੂ ਐਵੇਂ ਨਹੀਂ ਤੀਲਾ ਤੀਲਾ ਹੁੰਦਾ ਜਾਂਦਾ, ਝੂਠ ਬੋਲਦੇ ਸਨ, ਗੱਪਾਂ ਮਾਰਦੇ ਸਨ। ਮੈਨੂੰ ਪ੍ਰੈਸ ਵਾਲੇ ਪੁੱਛਦੇ ਆ ਤੈਨੂੰ ਮਿਲਿਆ, ਪੁੱਛਦੇ ਹੋ ਨਾ ਤੁਸੀਂ ਪ੍ਰੈਸ ਵਾਲੇ ਕਿ ਤੈਨੂੰ ਮਿਲਿਆ ਕਿ ਨਹੀਂ ਮਿਲਿਆ। ਪ੍ਰੈਸ ਵਾਲੇ ਵੀਰੋ ਮੈਨੂੰ ਤਾਂ ਕੀ, ਇਹ ਜਿੰਨਾ ਜਿਨ੍ਹਾਂ ਨੂੰ 20 ਦੇ 20 ਮਿਲਦੇ ਫਿਰਦੇ ਨਾ ਵੀ ਹੌਲੀ ਹੌਲੀ, ਰੱਬ ਨੇ ਇੱਥੇ ਸੱਚਾਈ ਲਿਆਉਣੀ ਹੈ, ਲੱਲੂ ਕਰੇ ਕਵੱਲੀ
ਤੇ ਰੱਬ ਸਿੱਧੀਆਂ ਪਾਵੇ। ਸ਼੍ਰੋਮਣੀ ਅਕਾਲੀ ਦਲ ਨੂੰ ਠੋਕਣ ਨੂੰ ਫਿਰਦੇ ਇਹ ਜੇ ਠੋਕਣੇ ਕਿ ਲੱਭਣੇ ਨਹੀਂ। ਜਦੋਂ ਪਿੰਡਾਂ 'ਚ ਗਏ ਤੇ ਲੋਕਾਂ ਨੇ ਹਿਸਾਬ ਕਰ ਦੇਣਾ ਬਰਾਬਰ। ਇਹ 8 ਸਕੀਮ ਬਣਾਉਂਦੇ ਫਿਰਦੇ ਸੀ। ਜੱਜ ਸਾਹਿਬ ਨੂੰ ਕਹਿੰਦਾ ਭਾਈਏ ਕਿ ਤੂੰ ਰਿਪੋਰਟ ਲਿਆਈ ਤੇ ਮੈਂ ਮੁੜ ਕੇ ਕਹੂੰਗਾ ਦੇਖ ਕੈਪਟਨ ਕਿੱਡਾ ਪੰਥਕ ਬੰਦਾ, ਕਾਂਗਰਸ ਕਿੱਡੀ ਪੰਥਕ ਹੈ, ਤੇ ਇਸੇ ਬਹਾਨੇ ਅਸੀਂ ਕਾਂਗਰਸ 'ਚ ਸ਼ਾਮਿਲ ਹੋ ਜਾਣਗੇ, ਮੇਰੇ ਝੰਡੀ ਲੱਗ ਜੂ ਤੇ ਤੇਰੇ ਫਿਰ ਚੇਅਰਮੈਨ ਹੀ ਪੱਕੀ ਬਣ ਜੂ। ਬੇਟੀ ਨੂੰ ਆਪਦੀ ਨੂੰ ਐਡਵੋਕੇਟ ਜਨਰਲ ਦੇ ਦਫ਼ਤਰ ਲਵਾ ਦਿੱਤਾ ਰਣਜੀਤ ਸਿੰਘ ਨੇ। ਜਿਹੜੇ ਆਪ ਸੌਦਾ ਕਰਦੇ ਆ ਉਹ ਸਮਝਦੇ ਸੀ ਸਾਡਾ ਪਰਦਾ ਫਾਸ਼ ਨਹੀਂ ਹੋਣਾ, ਮਗਰ ਗੁਰੂ ਤੇਗ ਬਹਾਦਰ ਸਾਹਿਬ ਦੀ ਬਖਸ਼ਿਸ਼ ਹੋਈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ਿਸ਼ ਹੋਈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਖਸ਼ਿਸ਼ ਹੋਈ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ, ਹੁਣ ਥਾਂ ਨਹੀਂ ਕੋਈ ਲੱਭਦਾ, ਹੁਣ ਨਵਾਂ ਝੂਠ ਵੇਖਦੇ ਫਿਰਦੇ ਕੀ ਬਣਾਵਾਂਗੇ। ਇਸ ਲਈ ਮੇਰੇ ਵੀਰੋ ਇਹ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਮੈਂ ਬਹੁਤ ਲੰਮੀ ਗੱਲ ਕਰ ਗਿਆ, ਮਗਰ ਮੈਂ ਸਮਝਦਾ ਸੀ ਕਿ ਅੱਜ ਰੱਖਣ ਪੁੰਨਿਆ ਦੇ ਇਸ ਪਵਿੱਤਰ ਦਿਨ ਤੇ ਜਿੱਥੇ ਗੁਰੂ ਨੇ ਸੱਚਾਈ ਦੀ ਸੱਚ ਦੀ ਗੱਲ ਕੀਤੀ ਉਹਦੇ ਨਾਲ ਤੁਹਾਡੇ ਵਿਚਾਰ ਜਾਣੂ ਕਰਾਉਣੇ ਬੜੇ ਜ਼ਰੂਰੀ ਹੈ। ਇਸ ਲਈ ਬਾਕੀ ਭਾਵੇਂ ਆਟਾ ਦਾਲ ਆਉਂਦਾ ਨਹੀਂ ਆਉਂਦਾ, ਆਉਂਦਾ ਘਿਓ ਮਿਲਦਾ ਨਾਲ, ਖੰਡ ਮਿਲਦੀ ਹੈ, ਮੁੱਕ ਗਿਆ ਕੰਮ, ਬਾਪੂ ਬਾਦਲ ਦਾ ਦਿੱਤਾ ਉਹ ਵੀ ਗਿਆ। ਕਹਿੰਦੇ 500 ਤੋਂ ਕਰ ਦਿਆਂਗੇ, 2500 ਪੈਨਸ਼ਨ ਹੋ ਗਈ ਕਿ ਨਹੀਂ ਹੋ ਗਈ, ਉਹ ਵੀ 500 ਵੀ ਗਈ ਬਾਪੂ ਬਾਦਲ। 51,000 ਸ਼ਗਨ ਹੋ ਗਿਆ, ਮੋਬਾਈਲ ਮਿਲ ਗਏ, ਨੌਕਰੀਆਂ ਘਰ ਘਰ ਪਹੁੰਚ ਗਈਆਂ, ਕਰਜ਼ਾ ਮਾਫ ਹੋ ਗਿਆ। ਮੇਰੇ ਵੀਰੋ ਬਚ ਜਾਓ, ਇਹ ਕਬੂਤਰ ਚੀਨੇ ਉੱਥੇ ਗੀਤ ਗਾਉਂਦੇ ਨਾ ਕੋਲੋਂ ਬਚ ਜਾਓ। ਆ ਮੈਨੂੰ ਹੁਣੇ ਆ ਬਟਾਲੇ ਦਾ ਕਿਸਾਨ ਬੜੇ ਦੁੱਖ ਨਾਲ ਮੈਂ ਕਹਿੰਦਾ ਕਿ ਅਮਰਜੀਤ ਸਿੰਘ ਕਿਸਾਨ ਉਹ ਵੀ ਕੁਛ ਦਿਨ ਪਹਿਲਾਂ ਖੁਦਕੁਸ਼ੀ ਕਰ ਗਿਆ। ਕਾਂਗਰਸੀਏ ਤੁਸੀਂ ਅੱਜ ਇੱਥੇ ਆਏ ਹੋ, ਤੁਸੀਂ ਵਾਅਦਾ ਕੀਤਾ ਸੀ ਕਿ 90,000 ਕਰਜ਼ਾ ਮਾਫ ਕਰ ਦਿਆਂਗੇ, ਘਰ ਘਰ ਜਿਹੜੇ ਕਿਸਾਨ ਦੀ ਖੁਦਕੁਸ਼ੀ ਹੁੰਦੀ ਹੈ ਨੌਕਰੀ ਦੇ ਦਿਆਂਗੇ। ਉਹ ਹਲੇ ਨੌਕਰੀ ਉਡੀਕਦੇ ਆ, ਘਰ ਘਰ ਨੌਕਰੀ ਉਡੀਕਦੇ ਆ, ਮਗਰ ਇਹਨਾਂ ਨੂੰ ਨੌਕਰੀ ਦੇਣ ਵਾਲਾ ਕੌਣ ਮਿਲਿਆ? ਇੱਕ ਕਾਂਗਰਸੀ ਐਮ ਪੀ ਬੇਅੰਤ ਸਿੰਘ ਦਾ ਪੋਤਰਾ। ਇਸ ਲਈ ਭਰਾਵੋ ਇਹਨਾਂ ਤੋਂ ਜਿੰਨਾ ਬਚ ਜੋ ਸੌਖੇ ਰਹੋਗੇ। ਹੁਣ ਤਾਂ ਬੱਤੀ ਦੇ ਵੀ ਕਹਿੰਦੇ ਛਾਪੇ ਪੈਣੇ ਸ਼ੁਰੂ ਹੋ ਗਏ ਆ, ਪੈਂਦੇ ਨਾ ਛਾਪੇ, ਬੱਤੀ ਦੇ ਰੇਟ ਵੱਧ ਗਏ ਨਾ। ਉਦੋਂ ਕੀ ਕਹੀਦਾ ਸੀ? ਬਾਪੂ ਕਹੀਦਾ ਸੀ, ਸਦਾ ਸੁਖੀ ਰਹੀਦਾ ਸੀ। ਕੋਈ ਕੁੰਡੀ ਕਾਂਡੀ ਵੀ ਮਾਝੇ ਵਾਲੇ, ਤੁਹਾਨੂੰ ਤਾਂ ਵੱਧ ਸ਼ੌਕ ਹੈ, ਕੁੰਡੀ ਕਾਂਡੀ ਬਾਹਲੀ ਲਾ ਦਿੰਦੇ। ਜਦੋਂ ਇਹ ਕੰਮ ਮੁਕਾਤਾ ਤੇ ਹੁਣ ਚੀਕਾਂ ਨਿਕਲੀਆਂ, ਮਗਰ ਹੁਣ ਚੀਕਾਂ ਮਾਰੇ ਦਾ ਸਮਾਂ ਨਹੀਂ, ਹੁਣ ਤਾਂ ਕਾਂਗਰਸੀਆਂ ਨੂੰ ਬੰਦੇ ਦਾ ਪੁੱਤ ਬਣਾਉਣ ਦਾ ਸਮਾਂ ਤੁਰਿਆ ਆਉਂਦਾ। ਤੇ ਭਲਾਈਪੁਰ, ਮੇਰੀ ਤਾਂ ਤੈਨੂੰ ਇੱਕ ਬੇਨਤੀ ਹੈ, ਭਲਾਈਪੁਰ ਸਾਹਿਬ ਦੀ ਮੈਂ ਵੀਡੀਓ ਵੇਖ ਰਿਹਾ ਸੀ, ਉਸ ਕਾਂਗਰਸੀ ਐਮ ਐਲ ਏ ਦੀ, ਕਹਿੰਦਾ ਹੁਣ ਥਾਣੇਦਾਰ ਸਾਡੇ ਲੱਗ ਗਏ ਹੈ, ਡਿਪਟੀ ਸਾਡਾ ਲੱਗ ਗਿਆ, ਤੇ ਤੂੰ ਕੀ ਕਰ ਦੇਣਾ ਨਾ ਥਾਣੇਦਾਰਾਂ ਨੇ, ਇਹਨਾਂ ਨੇ ਦੱਸੋ ਵੀ ਇਹ ਵਰਦੀ ਵਾਲੇ ਤੁਸੀਂ ਸਿਆਣੇ ਬੜੇ ਹੋ, ਇਹ ਮੁੜ ਕੇ ਭਲਾਈਪੁਰ ਵਾਲੇ ਲੱਭਦੇ ਨਹੀਂ ਸਾਡੀ ਗੱਲੀ ਸਾਡੀ। ਉਦੋਂ ਜਦੋਂ ਦਰਵਾਜ਼ਾ ਖੋਲਿਆ ਨਾ, ਜਦੋਂ ਸਰਕਾਰ ਬਣੀ, ਉਦੋਂ ਪਤਾ ਲੱਗਣਾ ਨਾ ਮਜੀਠੀਏ ਦੀ ਮੰਜੀ ਥੱਲੋਂ ਨਿਕਲ ਕੇ ਆ ਰਹੀ ਕਿ ਬਖਸ਼ ਲਾ ਮੈਨੂੰ, ਮੇਰੇ ਤੋਂ ਗਲਤੀ ਹੋ ਗਈ ਉਦੋਂ। ਇਸ ਲਈ ਪੰਗੇ ਓਡੇ ਲਿਓ, ਇਸ ਲਈ ਮੇਰੀ ਵਰਦੀ ਵਾਲਿਆਂ ਨੂੰ ਬੇਨਤੀ ਆ ਕਿ ਤੁਹਾਡੇ ਤੋਂ ਇਨਸਾਫ਼ ਦੀ ਆਸ ਰੱਖਦੇ ਆ, ਤੇ ਜਿਹੜੇ ਇੱਕ ਅੱਧੇ ਨੂੰ ਪੰਗਾ ਲੈਣ ਦਾ ਸ਼ੌਂਕ ਹੈ ਨਾ, ਫਿਰ ਓਡਾ ਕੁ ਲਈ, ਜਿੱਡੀ ਵਰਦੀ ਤੇਰੇ ਫਿਰ ਰਹਿ ਜੇ, ਉੱਠੇ ਕੰਮ ਕੀਤੇ ਤੇ ਫਿਰ ਤੁਹਾਡੀ ਵੀ ਸਾਫ਼ ਵਾਰੀ ਆਊਗੀ, ਇਨਸਾਫ਼ ਆਊਗਾ। ਤੁਹਾਨੂੰ ਅੱਜ ਕੋਰਟ 'ਚ ਕਸੀਟਾਂਗੇ, ਉਦੋਂ ਫਿਰ ਸਰਕਾਰ ਤੋਂ ਇਹ ਫੈਸਲੇ ਕਰਾਵਾਂਗੇ। ਅਖੀਰ 'ਚ ਮੈਂ ਇੰਨੀ ਗੱਲ ਕਹਿੰਦਾ ਹੋਇਆ ਸਮਾਪਤੀ ਕਰਦਾ ਕਿ ਅੱਜ ਗੁਰੂ ਬਖਸ਼ਿਸ਼ ਕਰਨ, ਸਾਨੂੰ ਸਭ ਨੂੰ ਇਹ ਸਮਰੱਥਾ ਦੇਣ, ਇਹ ਹਿੰਮਤ ਦੇਣ, ਇਹ ਤਾਕਤ ਦੇਣ ਕਿ ਜਿਹੜਾ ਰਣਜੀਤ ਸਿੰਘ ਵਰਗਾ ਝੂਠੇ ਕਮਿਸ਼ਨ ਬਣਿਆ। ਸੁਖਪਾਲ ਖਹਿਰਾ ਕੀ ਕਹਿੰਦਾ ਸੀ ਜਦੋਂ ਨਾਰੰਗ ਦਾ ਕਮਿਸ਼ਨ ਬਣਿਆ ਸੀ, ਜਿਹੜਾ ਰਾਣੇ ਗੁਰਜੀਤ ਦੇ ਉਲਟ ਬਣਿਆ ਸੀ, ਉਹਨੂੰ ਕਹਿੰਦਾ ਸੀ ਮਾੜਾ, ਮਾੜਾ ਕਹਿੰਦਾ ਸੀ ਕਿ ਨਹੀਂ ਕਹਿੰਦਾ ਸੀ? ਤੇ ਮਾਮਾ ਤੇਰੇ ਭਾਈਏ ਵਾਲਾ ਚੰਗਾ ਹੋ ਗਿਆ, ਜੇ ਉਹ ਕਮਿਸ਼ਨ ਮਾੜਾ ਸੀ ਤੇ ਕਾਹਦੇ ਲਈ ਚੰਗਾ ਹੋ ਗਿਆ? ਇਸ ਲਈ ਇਹ ਜਾਂਦਾ ਪਰਦਾ ਫਾਸ਼ ਕੋਈ ਹੋਰ ਨਹੀਂ, ਸੱਚਾ ਪਾਤਸ਼ਾਹ ਕਰੂ, ਗੁਰੂ ਬਖਸ਼ਿਸ਼ ਕਰੂ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਏ ਆਰ ਸਾਹਿਬ ਨੂੰ, ਬਾਬੇ ਬਕਾਲੇ ਦੀ ਸਮੁੱਚੀ ਸੰਗਤ ਨੂੰ, ਸਰਕਲ ਪ੍ਰਧਾਨਾਂ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ,
ਅੱਜ ਦੇ ਇਹ ਵਰਕਰ ਸਾਹਿਬਾਨਾਂ ਨੂੰ ਲੱਖ ਲੱਖ ਵਧਾਈ ਦਿੰਦਾ। ਬ੍ਰਹਮਪੁਰਾ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਆ ਕੇ ਆਪਦੇ ਵਿਚਾਰ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਬਿਕਰਮ ਸਿੰਘ ਮਜੀਠੀਆ ਜੀ ਨੂੰ ਸਨਮਾਨਿਤ ਕਰਨਗੇ, ਸਰ ਏਆਰ ਸਾਹਿਬ ਹਲਕਾ ਇੰਚਾਰਜ ਤੇ ਸਾਰੇ ਹੀ ਸਰਕਲ ਪ੍ਰਧਾਨ ਸਰ ਤਲਵੀਰ ਸਿੰਘ ਜੀ ਗਿੱਲ ਤੇ ਨਾਲ ਹੀ ਬੇਨਤੀ ਕੀਤੀ ਜਾਂਦੀ ਆ ਸਾਡੇ ਬਹੁਤ ਹੀ ਸੀਨੀਅਰ ਆਗੂ ਔਰ ਸਰ ਬ੍ਰਹਮਪੁਰਾ ਸਾਹਿਬ ਉਹ ਇੱਥੇ ਮੰਚ ਤੇ ਪਹੁੰਚ ਤੇ ਸੰਗਤਾਂ ਦੇ ਨਾਲ ਵਿਚਾਰ ਸਾਂਝਾ ਕਰਨ ਸਰ।